हेलो स्टूडेंट्स, माय नेम इज मंजीत कौर। वेलकम टू अवर यूट्यूब चैनल। प्लीज़ सब्सक्राइब दिस चैनल सो दैट यू कैन गेट टू नोटिफिकेशंस। हाँ जी, अज आप जी पाठ 17 कविता है पंजाबी, ये आप करनी है जिड़ी कि सुरजीत सखी द्वारा लिखी गई है। इस विच कवित्री कहती है, पंजाबी नौजवान अजिहा है जिसका चर्चा सदियों तो ही बहारां विच चलता आ रहा है। वह हजारां विच खड़ा दूरों ही वखरा पछाणिया जाता है। उसके चेहरे की रंगत देख के मौसम अपने रंग बदल लेंदे हन ते उसे हासे विच बहुत सारे शौक दे दरिया मचल दे दिखाई देंदे हन। उसी हथ कुदरत दे हर खजाने नू लभ लैण दी चाबी है। वो जिस नौजवान की गल करती है वो पंजाबी है। ये ओहो पंजाबी है, इसके हाथ विच हर रब्बी खजाने की चाबी है। ये शांति विच समुंदर वांग शांत हुंदा है पर जंग विच बाब रोला बन जाता है। इसका सुभाव बहुत ही जिद्दी ते अणखी है। ये शरीर का बहुत फुर्तीला है। ये ओहो पंजाबी है जिहड़ा कदे भी एक सफलता प्राप्त करके संतुष्ट नहीं हो जाता सगों अगे होर प्राप्तियां करन लई जतनशील रहिंदा है। जेकर भारत नूं गुलाम बनाउण वाला गोरा अंग्रेज डरिया सी तां ओह केवल सिर्फ पंजाबी तों डरिया सी। ਉਹ ਪੰਜਾਬੀ ਨੌਜਵਾਨ ਪੂਰਨ ਸਿੰਘ ਦੇ ਮੂੰਹੋਂ ਨਿਕਲੀ ਬੇਪਰਵਾਹ ਭਰੀ ਕਵਿਤਾ ਦਾ ਨਾਇਕ ਹੈ। ਨਾਲ ਹੀ ਸ਼ਿਵ ਕੁਮਾਰ ਦੇ ਬਿਰਾ ਵਿੱਚ ਤੜਪਦੇ ਗੀਤਾਂ ਦਾ ਗਾਇਕ ਵੀ ਹੈ। ਉਹ ਪੰਜਾਬੀ ਹੈ ਜੋ ਕਿ ਇਸ ਤਰ੍ਹਾਂ ਵਰਤਾਓ ਕਰਦਾ ਹੈ ਜਿਵੇਂ ਅਣਖੀ ਦੁੱਲੇ ਭੱਟੀ ਦਾ ਪੁੱਤ ਹੋਵੇ। ਇਸ 'ਤੇ ਤਾਂ ਖੂਨ ਵਿੱਚ ਹੀ ਬਗਾਵਤ ਹੈ, ਸਦਾ ਹੱਕ ਲਈ ਲੜਦੇ ਰਹਿਣਾ ਇਸ ਦੀ ਸਦੀਆਂ ਦੀ ਪੁਰਾਣੀ ਆਦਤ ਹੈ। ਕਵਿਤਰੀ ਕਹਿੰਦੀ ਹੈ ਕਿ ਇਹ ਉਹ ਪੰਜਾਬੀ ਦੀ ਪੁਰਾਣੀ ਆਦਤ ਹੈ ਕਿ ਉਹ ਛੇਤੀ ਨਾਲ ਨਾਰਾਜ਼ ਹੋ ਜਾਂਦਾ ਹੈ ਅਤੇ ਫਿਰ ਇਸ ਨੂੰ ਮਨਾਉਣਾ ਔਖਾ ਹੁੰਦਾ ਹੈ। ਇਹ ਮਾਂ ਦਾ ਲਾਡਲਾ ਭਾਬੀਆਂ ਦੇ ਤਾਨੇ ਮਿਹਣੇ ਨਹੀਂ ਚੱਲਦਾ ਅਤੇ ਬੇਪਰਵਾਹੀ ਵਿੱਚ ਵਿਚਰਦਾ ਹੈ। ਉਹ ਪੰਜਾਬੀ ਇੰਨਾ ਅੜੀਅਲ ਅਤੇ ਮਰਜ਼ੀ ਦਾ ਮਾਲਕ ਹੈ ਕਿ ਜੇਕਰ ਕਿਤੇ ਅੜ ਕੇ ਖੜ੍ਹਾ ਹੋ ਜਾਵੇ ਤਾਂ ਦਰਿਆ ਨੂੰ ਆਪਣੇ ਬਹਿਣ ਬਦਲਣੇ ਪੈ ਜਾਂਦੇ ਹਨ। ਜੇਕਰ ਕਿਤੇ ਇਸ਼ਕ ਵਿੱਚ ਹਾਰ ਹੋ ਜਾਵੇ ਤਾਂ ਜੋਗੀ ਬਣ ਕੇ ਕੰਨ ਪੜਵਾ ਲੈਂਦਾ ਹੈ। ਦੂਜੇ ਪਾਸੇ ਇਹ ਨਰਮ ਦਿਲ ਵੀ ਬਹੁਤ ਹੈ। ਜੇਕਰ ਇਹ ਕਿਸੇ ਦੀ ਅੱਖਾਂ ਵਿੱਚ ਪਿਆਰ ਦਾ ਤਰਲਾ ਦੇਖ ਲਵੇ ਤਾਂ ਇਹ ਪੱਥਰ ਇੱਕਦਮ ਪਿਘਲ ਜਾਂਦਾ ਹੈ। ਇਹ ਤਾਂ ਦੂਜਿਆਂ ਦੀ ਖਾਤਰ ਆਪਣੇ ਜੀਵਨ ਦੀ ਸਾਰੀ ਕਮਾਈ ਕੁਰਬਾਨ ਕਰ ਦਿੰਦਾ ਹੈ। ਇਸ ਗੱਲ ਨੂੰ ਕੋਈ ਵੀ ਉਸਦੇ ਦਿਲ ਵਿੱਚ ਮਹਿਮਾਨ ਬਣ ਕੇ ਪਰਖ ਸਕਦਾ ਹੈ। ਇਹ ਪੰਜਾਬੀ ਜਿੰਨਾ ਮਿਹਨਤੀ ਅਤੇ ਸਿਰੜੀ ਹੈ ਉਨਾ ਹੀ ਸਾਦਾ ਹੈ। ਜੇਕਰ ਇਹ ਕਿਤੇ ਹਾਰ ਖਾ ਕੇ ਡਿੱਗ ਪਵੇ ਤਾਂ ਹਿੰਮਤ ਨਹੀਂ ਹਾਰਦਾ, ਸਗੋਂ ਮੁੜ ਕੇ ਉੱਥੇ ਹੀ ਪੈਰ ਰੱਖ ਕੇ ਮੁੜ ਖੜ੍ਹਾ ਹੋ ਕੇ ਯਤਨ ਸ਼ੁਰੂ ਕਰ ਦਿੰਦਾ ਹੈ। ਇਸ ਮਿਹਨਤੀ ਅਤੇ ਸਿਰੜੀ ਦੇ ਹੱਥ ਹਰ ਰੱਬੀ ਖਜ਼ਾਨੇ ਦੀ ਚਾਬੀ ਹੈ। ਇਹ ਉਹੀ ਪੰਜਾਬੀ ਹੈ ਜਿਸ ਦੀ ਗੱਲ ਕਵਿਤਰੀ ਆਪਣੀ ਕਵਿਤਾ ਵਿੱਚ ਕਰ ਰਹੀ ਹੈ।